ਕਮ ਜਨਾਬ ਅਜੇ ਸਾਡੇ ਨਾਲ ਸ਼ਾਹ ਜੀ ਨੇ 1 ਮਿੰਟ ਕਿੰਨੇ ਸ਼ਾਹ ਜੀ ਕਿੰਨੇ ਪੈਸੇ 1.5 ਲੱਖ ਰੁਪਇਆ ਉਮਰ ਕੀ ਹੈ ਸਰ ਵਾਲੇ 15 ਮਹੀਨੇ 15 ਮਹੀਨੇ ਨੰਬਰ ਦੱਸੋ ਆਪਦਾ 1745 ਹਾਂ 870 870 85 80 ਤੇ ਇੱਕੋ ਹੀ ਹੈ ਤਿੰਨ ਹੈਗੇ ਸੀ ਜੀ ਵੇਖ ਗਏ ਨਾ ਜਨਾਬ ਲਓ ਜੀ ਮਾਸ਼ਾਅੱਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਾਸ਼ਾਅੱਲਾ ਖੂਬਸੂਰਤ ਜਾਨਵਰ ਤੁਹਾਨੂੰ ਅਸੀਂ ਦਿਖਾ ਰਹੇ ਜੀ ਅਤੇ ਇਹ ਨੇ ਸਾਡੇ ਨਾਲ ਸ਼ਾਹ ਜੀ ਕਾਫੀ ਮਤਲਬ ਪੁਰਾਣੇ ਵਪਾਰੀ ਹੈਗੇ ਨੇ ਅਤੇ ਵਛੇਰਾ ਵੀ ਮਾਸ਼ਾਅੱਲਾ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਇਹਦੇ ਵਿੱਚ ਜਨਾਬ ਹੋਰ ਮਜ਼ੀਦ ਪਿਆਰ ਮੁਹੱਬਤ ਹੋ ਜਾਏਗੀ ਜੀ ਅਤੇ ਲਓ ਜਨਾਬ ਅੱਗੇ ਵਧਦੇ ਹਾਂ ਸ਼ਾਹ ਜੀ ਅਤੇ ਹੋਰ ਅੱਗੇ ਵਧਦੇ ਹਾਂ ਜੀ ਮਾਸ਼ਾਅੱਲਾ ਤੁਹਾਨੂੰ ਇਹ ਜਾਨਵਰ ਤੁਹਾਨੂੰ ਵਿਖਾ ਰਹੇ ਜੀ ਬਹੁਤ ਹੀ ਖੂਬਸੂਰਤ ਜਨਾਬ ਗਰੰਟਰ ਨਾਲ ਨਿਜ਼ਾਬਾਦ ਹੈ ਜੀ ਅਤੇ ਮਾਸ਼ਾਅੱਲਾ ਤੁਸੀਂ ਇਹ ਡੰਗਰ ਵੇਖੋ ਹੋ ਸਕਦਾ ਕਿ ਕੱਲ੍ਹ ਨੂੰ ਤੁਹਾਨੂੰ ਗੁਜਰਾਤ ਮੰਡੀ ਦੇ ਵਿੱਚ ਇਹ ਨਜ਼ਰ ਆਵੇ ਕਿਉਂਕਿ ਇਹ ਸਾਰੇ ਵਪਾਰੀ ਹੈਗੇ ਨੇ ਦੋਸਤ ਜਿਹੜੇ ਕਿ ਇੱਥੋਂ ਜਾਨਵਰ ਖਰੀਦ ਕੇ ਅਤੇ ਜਨਾਬ ਉਹ ਮੰਡੀ ਲੈ ਕੇ ਜਾਂਦੇ ਜੀ ਅਤੇ ਲਓ ਮਾਸ਼ਾਅੱਲਾ ਤੁਸੀਂ ਦੇਖੋ ਔਰ ਅਸੀਂ ਟੋਰ ਕੇ ਥੋੜ੍ਹਾ ਜਿਹਾ ਹੀ ਲਿਆਓ ਹਾਂ ਲਓ ਜੀ ਮਾਸ਼ਾਅੱਲਾ ਬਹੁਤ ਅੱਛੀ ਚੀਜ਼ ਹੈਗੀ ਜੀ ਕਈ ਵਾਰੀ ਮੰਡੀ ਕਹਿਣ ਲੱਗ ਪੈਂਦੇ ਨੇ ਵੀਡੀਓ ਦੇ ਵਿੱਚ ਬਾਬਾ ਜੀ ਤੁਸੀਂ ਐਵੇਂ ਤਾਰੀਫਾਂ ਕੀਤੀ ਜਾਂਦੇ ਜੇ ਜਨਾਬ ਤਾਰੀਫ ਅੱਲਾ ਦੀ ਬਣਾਈ ਹੋਈ ਚੀਜ਼ ਦੀ ਹੈ ਤੁਸੀਂ ਮਾਸ਼ਾਅੱਲਾ ਮੇਰੇ ਨਾਲੋਂ ਵੀ ਸਿਆਣੇ ਜੇ ਅਤੇ ਜਿਹੜਾ ਹੈਗਾ ਨਾ ਇਸ ਗੱਲ ਦਾ ਤੁਸੀਂ ਇੰਨਾ ਬੁਰਾ ਬਣਾਇਆ ਕਰੋ ਅਤੇ ਲਓ ਜਨਾਬ ਅਸੀਂ ਅੱਛਾ ਵੀਰ ਜੀ ਇਹਦੀ ਉਮਰ ਕਿੰਨੀ ਹੋ ਗਈ ਮੇਰੀ ਉਮਰ 5 ਸਾਲ 5 ਸਾਲ ਬਸ ਇੱਥੇ ਖੁਲਵਾ ਦੇ ਮਿੰਟ ਲਓ ਜੀ ਇਹ ਘੋੜਾ ਫੋਰ ਸ਼ੇਰ ਹੈ ਜੀ ਨੇਜ਼ਾਬਾਜ਼ ਘੋੜਾ ਹੈਗਾ ਜੇ ਅਤੇ 5 ਸਾਲਾਂ ਦੀ ਉਮਰ ਹੈਗੀ ਜੇ ਅਤੇ ਵੀਰ ਜੀ ਤੁਹਾਡਾ ਨਾਮ ਦੱਸ ਦਿਓ ਉਸਮਾਨ ਨੰਬਰ 0312 0342 54 46 ਅਤੇ ਜਨਾਬ ਇਹਦੇ ਵਿੱਚ ਕਿੰਨਾ ਕੁ ਪਿਆਰ ਮੁਹੱਬਤ ਹੋ ਸਕਦਾ ਕੀਮਤ 'ਚ ਇਹਦਾ ਪਾਉਣ ਜਾਂ ਦਾ ਕਿਰਾਇਆ ਛੱਡ ਸੜਾਂ ਦੇ ਅਤੇ ਫਾਈਨਲ ਕਿੰਨੇ ਹੋ ਗਿਆ 2.5 ਲੱਖ ਦਾ 2.5 ਲੱਖ ਰੁਪਇਆ ਹੋ ਗਿਆ ਲਓ ਜੀ 2.5 ਲੱਖ ਰੁਪਇਆ ਦਾ ਜਨਾਬ ਇਹ ਘੋੜਾ ਹੈਗਾ ਜੇ ਆਉਣ ਜਾਣ ਦਾ ਉਹਨਾਂ ਨੇ ਕਿਹਾ ਜੀ ਅਸੀਂ ਕਿਰਾਇਆ ਛੱਡ ਸਕਦੇ ਹਾਂ ਜਨਾਬ ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਅਤੇ ਲਓ ਜਨਾਬ ਪਿੱਛੋਂ ਵੀ ਅਸੀਂ ਤੁਹਾਨੂੰ ਘੋੜੇ ਨੂੰ ਦਿਖਾ ਦਿੰਦੇ ਹਾਂ ਇਹ ਦੇਖੋ ਔਰ ਕੱਦ ਕਾਠ ਵਾਲਾ ਘੋੜਾ ਹੈਗਾ ਜੇ ਹਾਈਟ ਵਾਹਵਾ ਹੈਗੀ ਹੈ ਕੀਮਤ ਤੁਸੀਂ ਆਪ ਉਹਦੇ ਨਾਲ ਤੈਅ ਕਰਨੀ ਜੇਕਰ ਤੁਹਾਨੂੰ ਪਸੰਦ ਆ ਜਾਵੇ ਤਾਂ ਮੇਰੇ ਤੋਂ ਤੁਸੀਂ ਨਾ ਰਿਹਾ ਜੇ ਠੀਕ ਹੈ ਅਤੇ ਲਓ ਜਨਾਬ ਮਾਸ਼ਾਅੱਲਾ ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਛੋਟੀ ਛੋਟੀ ਵੀਡੀਓ ਮੈਂ ਤਾਂ ਪਰ ਬਣਾਉਂਦਾ ਪਿਆ ਕੋਈ ਲੋਕ ਕਹਿੰਦੇ ਨੇ ਜੀ ਵੱਡੀ ਸਾਡੇ ਕੋਈ ਵੀਡੀਓ ਵੇਖੀ ਨਹੀਂ ਜਾਂਦੀ ਅਤੇ ਇਜਾਜ਼ਤ ਦਿਓ ਜਨਾਬ ਅੱਲਾ ਹਾਫਿਜ਼ ਬਾਬਾ ਜੀ।